ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸਭ ਤੋਂ ਸੀਨੀਅਰ ਅਧਿਕਾਰੀ ਵੀਕੇ ਸਿੰਘ ਦੀ ਪੰਜਾਬ 'ਚ ਵਾਪਸੀ ਦੇ ਬਾਅਦ ਬਿਊਰੋਕਰੇਸੀ ਦੇ ਵਿੱਚ ਨਵੀਂ ਚਰਚਾ ਛਿੜ ਗਈ ਹੈ। ਕਿਆਸ ਲਗਾਏ ਜਾ ਰਹੇ ਨੇ ਕਿ ਪੰਜਾਬ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਵੀਕੇ ਸਿੰਘ ਨੂੰ ਲਗਾਇਆ ਜਾ ਸਕਦਾ ਹੈ। ਇਸ ਤੇ ਪੂਰੀ ਗੱਲਬਾਤ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਨੀਲ ਜੁੜੇ ਹੋਏ ਨੇ। ਨੀਲ, ਇਸ ਮਾਮਲੇ ਨੂੰ ਲੈ ਕੇ ਕੀ ਕੁਝ ਅਪਡੇਟ ਹੈ? ਇਹ ਬਿਲਕੁਲ ਇਹ ਖਬਰ ਪੱਕੀ ਹੈ ਕਿ ਜਿਹੜੇ ਪੰਜਾਬ ਕਾਡਰ ਦੇ 90 ਬੈਚ ਦੇ ਆਈਪੀਐਸ ਵੀਕੇ ਸਿੰਘ 2017 ਚ ਕੇਂਦਰੀ ਡੈਪੂਟੇਸ਼ਨ ਤੇ ਚਲੇ ਗਏ ਸਨ, ਉਹ ਪਿਤਰੀ ਰਾਜ ਪੇਰੈਂਟ ਸਟੇਟ ਪੰਜਾਬ ਚ ਵਾਪਸ ਆ ਰਹੇ ਨੇ। ਖੁਦ ਵੀਕੇ ਸਿੰਘ ਨੇ ਟੈਲੀਫੋਨ ਦੇ ਉੱਤੇ ਸਾਡੇ ਨਾਲ ਦੈਨਿਕ ਸਵੇਰਾ ਨਾਲ ਗੱਲ ਕਰਦੇ ਹੋਏ ਕਿ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਹੁਣੇ ਥੋੜੀ ਦੇਰ ਪਹਿਲਾਂ ਹੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ। ਮੈਂ ਆਪਣੇ ਵੱਲੋਂ ਜਾਂ ਦੈਨਿਕ ਸਵੇਰਾ ਵੱਲੋਂ ਕਹਿ ਲਓ ਕਿ ਉਹਨਾਂ ਨੂੰ ਵੈਲਕਮ ਬੈਕ ਇੱਕ ਤਰ੍ਹਾਂ ਨਾਲ ਕਿਹਾ ਸੀ, ਕਿਉਂਕਿ ਬੜੀ ਜੈਨੀ ਨੇਚਰ ਦੇ ਅਫਸਰ ਨੇ, ਬੜਾ ਸਮਾਂ ਇੱਥੇ ਇਲੈਕਸ਼ਨ ਕਮਿਸ਼ਨ ਵੀ ਰਹੇ ਨੇ, ਹੋਰ ਵੱਖ ਵੱਖ ਅਹਿਮ ਰੈਂਕ ਤੇ ਰਹੇ ਨੇ, ਅਹੁਦਿਆਂ ਤੇ ਰਹੇ ਨੇ, ਤੇ ਲੋਕਾਂ ਨੂੰ ਮਿਲਣਸਾਰ ਜਿਹੜੇ ਨੇ ਅਫਸਰਾਂ ਚੋਂ ਗਿਣੇ ਜਾਂਦੇ ਨੇ। ਵੀਕੇ ਸਿੰਘ ਚੰਡੀਗੜ੍ਹ ਦੇ ਦਿਨ ਇਲੈਕਸ਼ਨ ਕਮਿਸ਼ਨ ਦੇ ਦਿਨ ਉਹਨਾਂ ਦੇ ਹੁਣ ਵੀ ਲੋਕੀ ਯਾਦ ਕਰਦੇ ਨੇ। ਹੁਣ ਉਹ ਜਿਹੜਾ ਹੈ ਡਿਫੈਂਸ ਮਿਨਿਸਟਰੀ ਦੇ ਵਿੱਚ ਜਿਹੜੇ ਨੇ ਉਹ ਕੰਮ ਕਰ ਰਹੇ ਨੇ। ਜਿਹੜੇ ਡਿਫੈਂਸ ਮਿਨਿਸਟਰ ਨੇ ਭਾਰਤ ਦੇ ਰਾਜਨਾਥ ਸਿੰਘ, ਉਹ ਸ਼ਾਇਦ ਅੱਜ ਕੱਲ੍ਹ ਉਹਨਾਂ ਦੀ ਫਾਈਲਾਂ ਦੇ ਉੱਤੇ ਜਿਹੜੇ ਫਾਈਨਲ ਦਸਤਖਤ ਦੇ ਦੇਣਗੇ, ਤੇ ਜਿਸ ਤੋਂ ਬਾਅਦ ਉਹ ਸੰਭਾਵਨਾ ਹੈ ਕਿ ਇਸੇ ਹਫ਼ਤੇ ਦੇ ਅੰਦਰ ਅੰਦਰ ਉਹ ਪੰਜਾਬ ਆ ਜਾਣਗੇ। ਤੇ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਤੋਂ ਸਾਨੂੰ ਇਹ ਵੀ ਲਗਭਗ ਪੁਸ਼ਟੀ ਹੋ ਗਈ ਹੈ ਕਿ ਉਹਨਾਂ ਨੂੰ ਪੰਜਾਬ ਦਾ ਪ੍ਰਿੰਸੀਪਲ ਸੈਕਟਰੀ, ਨਵਾਂ ਪੰਜਾਬ ਦਾ ਪ੍ਰਮੁੱਖ ਸਕੱਤਰ ਜਿਹੜਾ ਹੈ ਉਹ ਥਾਪਿਆ ਜਾ ਰਿਹਾ। ਵੱਡੀ ਜ਼ਿੰਮੇਵਾਰੀ ਜਿਹੜੀ ਹੈ, ਸਭ ਤੋਂ ਵੱਡੀ ਜ਼ਿੰਮੇਵਾਰੀ ਕਹਿ ਸਕਦੇ ਹਾਂ, ਬਿਊਰੋਕਰੇਸੀ ਦੇ ਵਿੱਚ ਮੁੱਖ ਮੰਤਰੀ ਤੋਂ ਬਾਅਦ ਜਿਹੜੀ ਜਿਹੜੀ ਟੀਮ ਹੈ, ਕੈਬਨਿਟ ਹੈ, ਤੇ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਕੀ ਪੱਧਰ ਦੇ ਉੱਤੇ ਐਡਮਿਨਿਸਟ੍ਰੇਸ਼ਨ ਦੇ ਪੱਧਰ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ ਤਾਂ ਉਹ ਪ੍ਰਿੰਸੀਪਲ ਸੈਕਟਰੀ ਦੇ ਕੋਲ ਹੁੰਦੀ ਹੈ। ਤਾਂ ਸਭ ਤੋਂ ਵੱਡਾ ਨਾਲ ਪੰਜਾਬ ਦੀ ਬਿਊਰੋਕਰੇਸੀ ਦਾ ਅਹੁਦਾ ਜਿਹੜਾ ਹੈਗਾ, ਵੀਕੇ ਸਿੰਘ ਜਿਹੜੇ ਕਿ ਬੜੇ ਹੀ ਸੀਨੀਅਰ ਨੇ, 90 ਬੈਚ ਦੇ ਅਧਿਕਾਰੀ ਨੇ, ਤੇ 2017 ਤੋਂ ਪਹਿਲੇ ਬੰਦੇ ਆ ਕਿ ਉਹ ਚਲੇ ਗਏ ਸਨ। ਇਹ ਬਿਲਕੁਲ ਪੱਕੀ ਖ਼ਬਰ ਹੈ ਜੀ, ਤੇ ਵੱਡੀ ਖ਼ਬਰ ਹੈ ਜੀ। ਜੀ, ਤਾਂ ਧੰਨਵਾਦ ਨੀਲ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ। ਤੇ ਇਸ ਵੇਲੇ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ, ਪੰਜਾਬ ਦੇ ਸਭ ਤੋਂ ਸੀਨੀਅਰ ਅਧਿਕਾਰੀ ਨੇ ਵਿਜੇ ਕੁਮਾਰ ਸਿੰਘ, ਜਿਨ੍ਹਾਂ ਦੀ ਪੰਜਾਬ ਵਾਪਸੀ ਦੇ ਬਾਅਦ ਬਿਊਰੋਕਰੇਸੀ ਦੇ ਵਿੱਚ ਨਵੀਂ ਚਰਚਾ ਛਿੜ ਗਈ ਹੈ, ਤੇ ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਸੀ ਕਿ ਜਲਦ ਹੀ ਜਿਹੜੀ ਹੈ ਫੋਰਮੈਲਿਟੀ ਪੂਰੀ ਕਰ ਲਈ ਜਾਵੇਗੀ ਤੇ ਹਫ਼ਤੇ ਦੇ ਅੰਦਰ ਅੰਦਰ ਪੰਜਾਬ ਵਾਪਸ ਆਉਣਗੇ। ਤੇ ਇਸ ਤੋਂ ਬਾਅਦ ਕਿਹਾ ਜਾ ਰਿਹਾ, ਜੋ ਸੰਭਾਵਨਾ ਵੀ ਜਤਾਈ ਜਾ ਰਹੀ ਹੈ, ਕਿ ਪੰਜਾਬ ਦੇ ਅੰਦਰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਪ੍ਰਿੰਸੀਪਲ ਸੈਕਟਰੀ ਨਵੇਂ ਪੰਜਾਬ ਦੇ ਹੋ ਸਕਦੇ ਨੇ। ਹਾਲਾਂਕਿ ਇਸ ਦਾ ਰਸਮੀ ਐਲਾਨ ਕਰਨਾ ਬਾਕੀ ਹੈ, ਇਸ ਤੇ ਅਜੇ ਜਿਹੜਾ ਸਪਸ਼ਟੀਕਰਨ ਆਉਣਾ ਵੀ, ਸਪਸ਼ਟ ਜਾਣਕਾਰੀ ਆਉਣੀ ਵੀ ਬਾਕੀ ਹੈ, ਲੇਕਿਨ ਕਿਆਸ ਲਗਾਏ ਜਾ ਰਹੇ ਨੇ ਕਿ ਪੰਜਾਬ ਦੇ ਨਵੇਂ ਪ੍ਰਿੰਸੀਪਲ ਸੈਕਟਰੀ ਲਗਾਏ ਜਾ ਸਕਦੇ ਨੇ। ਦੱਸ ਦਈਏ ਕਿ 1990 ਬੈਚ ਦੇ ਵੀਕੇ ਸਿੰਘ ਇਸ ਵੇਲੇ ਰੱਖਿਆ ਮੰਤਰਾਲੇ ਦੇ ਵਿੱਚ ਸਕੱਤਰ ਦੇ ਅਹੁਦੇ ਤੇ ਕੰਮ ਕਰ ਰਹੇ ਸਨ ਤੇ ਸਾਬਕਾ ਸੈਨਿਕਾਂ ਦਾ ਵਿਭਾਗ ਦੇਖ ਰਹੇ ਸੀ, ਤੇ ਇਸੇ ਦੌਰਾਨ ਪੰਜਾਬ ਸਰਕਾਰ ਨੇ ਕੇਂਦਰ ਨੂੰ ਅਪੀਲ ਕੀਤੀ ਸੀ ਉਹਨਾਂ ਦੀ ਵਾਪਸੀ ਦੇ ਲਈ, ਜਿਸ ਨੂੰ ਕੇਂਦਰ ਸਰਕਾਰ ਨੇ ਮੰਨ ਲਿਆ ਤੇ ਨਿਯੁਕਤੀਆਂ ਦੇ ਲਈ ਬਣਾਈ ਕੈਬਨਿਟ ਕਮੇਟੀ ਨੇ ਮੰਗਲਵਾਰ ਨੂੰ ਇਸ ਦੀ ਮਨਜ਼ੂਰੀ ਵੀ ਦੇ ਦਿੱਤੀ ਹੈ ਤੇ ਹੁਣ ਜਲਦ ਪੰਜਾਬ ਵਾਪਸੀ ਕਰਨਗੇ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਚ ਇੱਕ ਵੱਡਾ ਅਹੁਦਾ ਵੀਕੇ ਸਿੰਘ ਨੂੰ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ।